ਦੇ ਜ਼ਨਕਾ ਮੁੰਡਾ ਜੇ ਵੁੱਟਦਾ ਫਿਰਦਾ ਏ ਹੱਲੜਾਂ ਦੇ ਦਿਲ ਲੁੱਟਦਾ ਹੋਰ ਨਾ ਕੋਈ ਕਮੀ ਬਿੱਲੋ ਰਾਣੀਏ ਹੋਰ ਨਾ ਕੋਈ ਕਮੀ ਬਿੱਲੋ ਰਾਣੀਏ ਚੰਗਾ ਬਹੁਤ ਆ ਦਿਲ ਤੋਂ ਮੁੱਖ ਮੰਤਰੀ ਉਹੀ ਵਾਇਰਲ ਸਿਤਾਰਾ ਹੈ ਜਿਸ ਨੂੰ ਟਿਕਟੋਕ ਦੀ ਵੀਡੀਓ ਨੇ ਰਾਤੋ ਰਾਤ ਇੱਕ ਸੁਪਰ ਸਟਾਰ ਬਣਾ ਦਿੱਤਾ। ਧਮਕ ਦਾ ਬੇਸ ਸੌਂਗ ਰਿਲੀਜ਼ ਹੋਣ ਤੋਂ ਬਾਅਦ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ, ਪਰ ਇਸ ਸੌਂਗ ਨੇ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ। ਪਰ ਇਹ ਵੀ ਸੱਚ ਹੈ, ਮੁੱਖ ਮੰਤਰੀ ਦੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ ਤੇ ਉਸਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਸੋ ਦੋਸਤੋ, ਅਸੀਂ ਇਸ ਤੋਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਸੋਸ਼ਲ ਮੀਡੀਆ ਕਿੰਨੀ ਪਾਵਰਫੁਲ ਚੀਜ਼ ਹੈ ਜੋ ਕਿਸੇ ਨੂੰ ਵੀ ਰਾਤੋ ਰਾਤ ਸਟਾਰ ਬਣਾ ਸਕਦਾ। ਸੋ ਦੋਸਤੋ, ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ। ਜਿੰਨੀਆਂ ਵੀ ਪੁਰਾਣੀਆਂ ਵੀਡੀਓ ਆ ਤੁਹਾਡੇ ਕੋਲ ਸਾਰੀਆਂ ਫੋਨਾਂ 'ਚ ਪਈਆਂ, ਮੇਰਾ ਵੀਰ ਨਾਂ ਪਾਇਓ ਬੱਚਾ ਵਾ ਜੇ ਉਹਦੀ ਜ਼ਿੰਦਗੀ ਦਾ ਸਵਾਲ ਆ, ਐਵੇਂ ਕੱਲ੍ਹ ਨੂੰ ਉਹਨੂੰ ਨਾ ਕੋਈ ਤੰਗੀ ਪਰੇਸ਼ਾਨੀ ਆਵੇ, ਠੀਕ ਹੈ ਨਾ। ਅੱਗੇ ਤੋਂ ਕਦੀ ਨਹੀਂ ਆਪਣਾ ਕੋਈ ਗਲਤ ਬੋਲੂਗਾ ਨਹੀਂ ਪਾਊਗਾ ਨਹੀਂ। ਇਹ ਮਾਫੀ ਮਾਫੀ ਲਾਈਵ ਮੰਗ ਰਿਹਾ ਸੰਗਤਾਂ ਵੱਡੇ ਵਿੱਚ ਮਹਾਰਾਜ ਸੰਤੋ ਸੰਗਤੋ ਮਾਫ਼ ਕਰ ਦਿਓ ਦੇਣੇ ਵਾਲ ਦੇ ਪਿਆਰਿਓ, ਕਿਉਂਕਿ ਆਪਣੇ ਕੋਲ ਬਹੁਤ ਵੱਡੀ ਗਲਤੀ ਹੋਈ ਹੈ ਜੋ ਕਿ ਵੱਡੀਆਂ ਗੰਦੀਆਂ ਵੀਡੀਓ ਲੰਗਰ ਮੂੰਗੀ ਦਾਲ ਗੁਰਦੁਆਰਾ ਹੋਰ ਗੰਦੇ ਲਫ਼ਜ ਪੈ ਚੁੱਕੇ ਨੈੱਟ ਵੀਡੀਓ ਦੋ ਵਿੱਚ ਮੋਬਾਈਲਾਂ 'ਤੇ ਜਾ ਚੁੱਕੇ ਹੋ, ਸਾਰੀਆਂ ਵੀਡੀਓ ਬੰਦ ਹੋ ਚੁੱਕੀਆਂ ਹਨ। ਉਹ ਸਾਰੀਆਂ ਵੀਡੀਓ ਮਿੱਟੀ ਵਿੱਚ ਮਿਲਾ ਕੇ ਸੁੱਟ ਦਿਓ, ਧਰਤੀ ਵਿੱਚ ਡੱਬ ਕੇ ਸੁੱਟ ਦਿਓ ਵੀਰ ਜੀ, ਉਹਨਾਂ ਵੀਡੀਓ ਨੂੰ ਬੰਦ ਕਰਕੇ ਮਾਰ ਕੇ ਸੁੱਟ ਦਿਓ। ਆਪਾਂ ਗਾਂ ਤਾਂ ਵੀਡੀਓ ਨਹੀਂ ਪਾਉਣੀ, ਉਹ ਵੀਡੀਓ ਬੰਦ ਹੋ ਚੁੱਕੀਆਂ ਹਨ। ਆਪਣਾ ਹੋਰ ਜਿਹੜੇ ਵੀਰ ਬਾਹਰੋਂ ਆਉਂਦੇ ਜਾਂ ਬਾਹਰ ਕੋਈ ਘੇਰਦੇ ਹੋ ਵੀਡੀਓ ਬੰਦ ਹੈ, ਆਪਾਂ ਵੀਡੀਓ ਬਣਾਉਣੀ ਨਹੀਂ। ਹਾਂਜੀ, ਆਪਾਂ ਵੀਡੀਓ ਕਿਸੇ ਦੀ ਬਣਾਉਣੀ ਨਹੀਂ, ਨਾ ਆਪਣੀ ਬਣਾਉਣੀ ਕੋਈ ਵੀਡੀਓ।